ਅਸਲਾਮੁਅਲੈਕੁਮ ਬੀਬੀ ਸਾਹਿਬਾ। ਵਾਲੇਕੁਮ ਅਸਲਾਮ। ਹਾਂਜੀ, ਇਹ ਸਾਰਾ ਮੁਹੱਲਾ ਮੈਨੂੰ ਸ਼ਰਮਿੰਦਾ ਕਰਦਾ, ਕੀ ਵਜ੍ਹਾ ਹੈ? ਕਿਉਂ ਗਾਣੇ ਜੋ ਸ਼ੁਰੂ ਕਰਤੇ ਤੁਸੀਂ? ਜਦੋਂ ਮੈਂ ਦੁਕਾਨਦਾਰਾਂ ਦੇ ਕੋਲ ਜਾਂਦਾ, ਅਗਲੇ ਪੰਜਾਂ ਰੁਪਈਆਂ ਵਾਲੀਆਂ ਪਰਚੀਆਂ ਲੈ ਕੇ ਮੇਰੇ ਦੁਆਲੇ ਫਿਰਦੇ। ਸਾਨੂੰ ਵੀ ਗਾਣਾ ਵਹਾ ਦਿਓ, ਮੈਂ ਹਨੇਰੇ 'ਚ ਡਿੱਗ ਪੈਂਦਾ। ਰਾਤੀ ਮੈਂ ਗਾਣਾ ਸੁਣਨ ਚਲਾ ਗਿਆ ਆਪਣਾ ਤੁਹਾਡੇ ਮੁਹੱਲੇ। ਨਹੀਂ, ਮੁਹੱਲਾ ਨਾਲ ਹੀ। ਅੱਛਾ, ਉੱਥੇ ਮੈਨੂੰ ਬੜੇ ਛਿੱਤਰ ਪਏ। ਕਿਉਂ? ਮੈਂ ਪੱਖੇ ਨਾਲ ਕਾਪੀ ਮਾਰੀ, ਉਹਨਾਂ ਫੜ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ। ਕਹਿੰਦਾ ਸਾਲਿਆ 900 ਰੁਪਈਆ ਸੁੱਟਿਆ, 1300 ਦਾ ਪੱਖਾ ਸਾੜ ਪਈ। ਬੜਾ ਮਸਲਾ ਪਿਆ ਜੀ, ਮੈਂ ਉੱਥੋਂ ਜਾਨ ਛਡਾ ਕੇ ਦੌੜਿਆ ਹੈ। ਅੱਛਾ ਅੱਛਾ, ਵੀ ਗਾਣੇ ਸੁਣਾ ਦਿਆ ਕਰੋ। ਅਸੀਂ ਦੇਖੋ ਤੁਹਾਡੇ ਘਰ ਨੌਕਰੀ ਕਰ ਰਹੇ ਹਾਂ, ਸਾਰੀ ਜ਼ਿੰਦਗੀ ਨੌਕਰੀ ਕੀਤੀ, ਬਾਹਰ ਵੀ ਤਾਂ ਲੋਕਾਂ ਨੂੰ ਗਾਣੇ ਸੁਣਾਉਂਦੇ ਹੀ ਹੋ ਕਿ ਨਹੀਂ? ਗਾਣ ਦਾ ਮੈਨੂੰ ਸ਼ੌਕ ਹੈਗਾ। ਇਹ ਤੁਹਾਡਾ ਮੂੰਹ ਮੇਰੇ ਨਾਲ ਕਿਉਂ ਰਲਦਾ? ਕੰਪਨੀਆਂ ਨੇ ਇੱਕੋ ਨਾਪ ਬਣਾਤਾ ਹੈ ਨਾ, 15-20 ਮਿੰਟ ਪਿੱਛੇ ਰੱਖਣਾ ਚਾਹੀਦਾ ਸੀ, ਹੈ ਨਾ? ਚਾਚਾ, ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ। ਮੈਂ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ, ਗੱਲਾਂ ਦੇ ਪੈਸੇ ਮਿਲਦੇ, ਹੋਰ ਇੱਥੇ ਨਲਕਾ ਲਾਉਣਾ ਆ। ਸਾਨੂੰ ਤੇ ਗੱਲਾਂ ਦੇ ਮਿਲਦੇ, ਤੁਹਾਨੂੰ ਉਸ ਤਰ੍ਹਾਂ ਮਿਲਦੇ ਹੁਣ ਤੇ ਪਤਾ ਨਹੀਂ। ਕੱਲ ਵੀ ਗੱਲਾਂ ਨਹੀਂ ਮਿਲਦੇ ਨੇ, ਤੁਹਾਨੂੰ ਗੱਲਾਂ ਦੇ ਮਿਲਦੇ ਨੇ। ਉਹ ਗਾਣਾ ਨਹੀਂ, ਗੱਲਾਂ ਗੋਰੀਆਂ ਦੇ ਵਿੱਚ ਟੋਏ, ਦੰਦ ਕੱਢਣ ਨਹੀਂ ਕਿਸੇ ਮਲੰਗ ਨਾ ਫਸੀ ਆ। ਆ ਸਭ ਨਹੀਂ ਖਲੋਤਾ ਹੈ ਇਹੋ ਜਿਹੀਆਂ, ਇੱਥੇ ਉਰਦੂ ਬੋਲਦੀ ਉਦੋਂ ਪਤਾ ਲੱਗਦਾ ਜਦੋਂ ਰਕਸ਼ੇ ਨੇ ਨਾ ਫੱਟਾ ਪਿਆ ਹੁੰਦਾ। ਆ ਮੈਨੇ ਡਿਫੈਂਸ ਜਾਣਾ, ਕਿਤਨੇ ਪੈਸੇ? ਅਗਲਾ ਕਹਿੰਦਾ 150। ਆ ਹੁਣੇ ਤਾਂ ਸਾਂਦੇ ਹੋ 30 ਦੇ ਕੇ ਚੜੀ ਸਾਂ। ਸਬਜ਼ੀਆਂ ਸਾਰੀਆਂ ਤੁਹਾਡੇ ਕੰਮ ਦੀਆਂ ਲਿਆਂਦੀਆਂ ਨੇ, ਬਾਸੀ ਨੀ ਤਾਜ਼ੀਆਂ ਯਾਰ, ਤੁਹਾਡਾ ਤੇ ਸਿਹਤ ਨਹੀਂ ਹੋ ਜਾਏ। ਸਾਹਿਬ ਨੂੰ ਮੈਂ ਸ਼ਿਕਾਇਤ ਲਾਣੀ ਆ ਕਿ ਤੁਹਾਡੀ ਬੀਬੀ ਗਾਣੇ ਗਾਉਂਦੀ ਆ, ਔਰ ਮੱਲਾ ਪੂਰਾ ਵੇਖਣਾ ਚਾਹੁੰਦਾ ਗਾਣੇ। ਸਾਡਾ ਆਪਸ ਦਾ ਮੀਆਂ ਬੀਵੀ ਦਾ ਮਾਮਲਾ, ਅੱਛਾ ਉਹਦੀਆਂ ਗੱਲਾਂ ਕਰਨ ਦੀ ਲੋੜ ਨਹੀਂ ਗੀ, ਆਪਣਾ ਕੰਮ ਕਰੋ ਜਾ ਕੇ। ਕਿਹਾ? ਹਾਂਜੀ। ਸਾਨੂੰ ਕੋਈ 3 ਰੁਪਏ ਫੁੱਟ ਗਾਣਾ ਸੁਣਾ ਦਿਓ। ਉਹ ਕਿਹੜਾ ਗਾਣਾ ਜਿਹੜਾ 3 ਰੁਪਏ ਫੁੱਟ ਮਿਲਦਾ? ਅੱਲਾ ਮਾਫੀ ਦੇ, ਜਦੋਂ ਦੇ ਗਾਣੇ ਬੰਦ ਹੋਏ ਤੁਸੀਂ ਤਾਂ ਧਮਾਲਾਂ ਸ਼ੁਰੂ ਕਰਦੀਆਂ। ਬੇਗਮ ਸਾਹਿਬਾ, ਹਾਂਜੀ, ਹੋਰ ਸੁਣਾਓ, ਠੀਕ ਠਾਕ? ਹਾਂਜੀ। ਪਹਿਲਾਂ ਕੀ ਵੈਗਣ ਵੱਜੀ ਸੀ? ਤੁਹਾਨੂੰ ਪੁੱਛਿਆ ਹੀ ਆ, ਮੈਨੂੰ ਤਾਂ ਬੋਤਲ ਲੱਗਣ ਵਾਲੀ ਆ। ਲੇਕਿਨ ਭਾਈ ਮੈਂ ਤੈਨੂੰ ਮਾਫ ਕਰਤਾ ਯਾਰ, ਤੇਰੇ ਪਿਓ ਨੂੰ ਮਾਫ ਕਰਤਾ, ਤੇਰੇ ਮੈਂ ਕਿ ਚਲੋ ਮੈਂ ਤੇ ਖਾਬ ਵੇਖਣ ਡਿਆ, ਤੂੰ ਵੀ ਐਵੇਂ ਕੋ ਨਾ ਹੋਇਆ ਸਾਂ, ਤੂੰ ਭਲਾ ਤੂੰ ਹੀ ਮੈਨੂੰ ਮੋੜ ਦੇ, ਪਰ ਨਾਲ ਹੀ ਸੁੱਤਾ ਸੀ ਇਹ। ਤੈਨੂੰ ਭਾਵੇਂ ਨਾ ਮਹਿਸੂਸ ਹੋਇਆ ਵੇ, ਲੇਕਿਨ ਮੈਨੂੰ ਮਾਫ ਕਰ। ਉਹ ਕਰਤਾ ਮਾਫ, ਖੁਦਾ ਦਾ ਵਾਸਤਾ ਜਾਨ ਛੱਡ ਦਿਓ। ਕਸੇ ਵਿੱਚ ਮੈਂ ਵੇਖੀ ਖਾਬ। ਅੱਛਾ, ਤੇ ਉਹਦੇ ਵਿੱਚ ਮੈਂ ਤੇਰੀ ਮੰਗੇਤਰ ਨਾਲ ਫਸ ਗਿਆ। ਚੱਲ ਇਹ ਕਿਹੜਾ ਕੋਈ ਪਹਿਲਾ ਕਿੱਸਾ ਹੈ? ਅੰਨਾ ਤੈਨੂੰ ਕੀ ਫਰਕ ਪੈਂਦਾ, ਤੂੰ ਬਗੈਰ ਦਾ ਆਦਮੀ ਤੇ ਤੂੰ ਕੀ ਸਮਝਿਆ, ਤੂੰ ਇਕੱਲਾ ਹੀ ਆ? ਨਹੀਂ, ਵੈਸੇ ਦੋਵੇਂ ਇੱਥੇ ਹੀ ਆ। ਦੁਨੀਆ ਭਲੇ ਸੋ ਭਲੀ ਆ, ਤੇਰੀਆਂ ਜੂਆਂ ਦੇ ਪੈਰ ਨਹੀਂ ਛੱਡਦੇ ਉੱਤੇ? ਨਹੀਂ ਯਾਰ, ਮੈਂ ਫੂਕਾ ਮਾਰਦਾ ਰਹਿਣਾ। ਖਾਬ ਦਾ ਸਿਲਸਿਲਾ ਹੈ ਹੀ ਇਹੋ ਯਾਰ। ਖਾਬ ਮੈਂ ਦੁਆਈ ਰੱਬ ਦੀ ਵੇਖ ਕੇ ਮੈਂ ਇੰਨਾ ਸ਼ਰਮਿੰਦਾ ਹੋਇਆ, ਮੈਂ ਕਿਹਾ ਯਾਰ ਮੇਰੇ ਯਾਰ ਦੀ ਮੰਗੇਤਰ ਹੈ ਔਰ ਮੁਹੱਬਤ ਇਹਦੇ ਨਾਲ ਮੈਂ ਕਰ ਰਿਹਾ, ਇਹ ਕਿਸ ਤਰ੍ਹਾਂ ਹੋ ਸਕਦਾ? ਹੋ ਜਾਂਦਾ ਜੀ, ਪਾਕਿਸਤਾਨ ਦਾ ਵਕਤ ਦਾ ਕੋਈ ਪਤਾ ਨਹੀਂ। ਅੱਛਾ, ਲੇਕਿਨ ਗੱਲ ਸੁਣ ਜੀ, ਤੂੰ ਆਪਣੀ ਦਾ ਧਿਆਨ ਰੱਖਿਆ ਕਰ ਤੇ ਮੈਂ ਆਪਣੀ ਦਾ ਧਿਆਨ ਰੱਖਾਂਗਾ। ਅੱਛਾ, ਦੇਖ ਅਸੀਂ ਇਸ ਨੌਕਰ ਇਸ ਵਾਸਤੇ ਹੋਏ ਹਾਂ, ਕੁੜੀਆਂ ਵਾਸਤੇ, ਨਹੀਂ ਤੇ ਅਸੀਂ ਕੋਈ ਨੌਕਰ? ਅੱਛਾ, ਤੂੰ ਵੀ ਰਾਤੀ ਮੇਰੀ ਖਾਬ 'ਚ ਆਇਆ ਤਾਂ ਰੋਣ ਕਿਉਂ ਲੱਗ ਪਿਆ? ਉਹ ਇਸੇ ਗੱਲੇ ਕਿ ਤੂੰ ਉੱਠ ਕੇ ਨਾਸੀ ਪਿਆ, ਮੈਂ ਰੋਟੀ ਤੇ ਖਾਣਾ ਹੈ। ਇਹ ਖਾਬ 'ਚ ਕੌਣ ਰੋਟੀ ਖਵਾਉਂਦਾ? ਚਲੋ ਇਹ ਤੇਰੀ ਮਰਜ਼ੀ ਹੈ। ਉਹ ਭਾਈ ਓਏ ਕੰਨਾਂ ਵਾਲੀ ਡੈਣ, ਕੀ ਮਤਲਬ? ਮੈਂ ਫਿਰ ਅੰਦਰ ਜਾਣਾ ਵਾ। ਬਸ ਤੂੰ ਅੰਦਰ ਜਾ, ਜਦੋਂ ਉਹ ਆਏਗੀ ਨਾ। ਲੋਕੀ ਕੱਪੜਿਆਂ ਦੀ ਮੈਚਿੰਗ ਕਰਦੇ, ਉਹਨੇ ਟਿੰਡ ਦੀ ਬੂਟਾ ਨਾ ਕੀਤੀ,
ਉਹ ਬੂਟਾਂ ਦੀ ਵੀ ਕਟਿੰਗ ਕਰਾਉਂਦਾ ਰਹਿੰਦਾ ਨਾਲ। ਉਹ ਨਹੀਂ ਬੇਵਕੂਫ, ਮੇਰਾ ਮਤਲਬ ਇਹ ਵੇ ਕਿ ਜਦੋਂ ਤੇਰੇ ਵਾਲੀ ਆਏਗੀ ਨਾ ਤੂੰ ਉਹਦੇ ਨਾਲ ਗੱਲਾਂ ਕਰੀ ਸੀ, ਜਦੋਂ ਮੇਰੇ ਵਾਲੀ ਆਏ ਨਾ ਤੂੰ ਮੈਨੂੰ ਆਵਾਜ਼ ਮਾਰ ਦੇਣੀ। ਮੈਂ ਆਵਾਜ਼ ਦਿਆਂਗਾ ਜਾਂ ਟਿੰਡ ਤੇ ਸੋਟੀ ਮਾਰਾਂਗਾ ਸਮਝ ਜੇ। ਅੱਛਾ ਨਾਲੇ ਸ਼ਰਟ ਬਦਲ ਲਾ ਕਿਸੇ ਨੇ ਮੂੰਹ 'ਚ ਖੱਤ ਪਾ ਜਾਣਾ। ਅੱਛਾ ਨਾਲੇ ਗੱਲ ਸੁਣ, ਕਰਤਾ ਮਾਫ ਨਹੀਂ, ਇੰਨੀ ਖਾਬ ਲੰਮੀ ਨਹੀਂ ਜਿੰਨੀਆਂ ਮਾਫੀਆਂ ਮੰਗਣ ਡਿਆ। ਨਹੀਂ ਖਾਬ ਮੈਂ ਤੈਨੂੰ ਐਂਦਾ ਸੌਣ ਹੀ ਨਹੀਂ ਦੇਣਾ। ਨਹੀਂ ਨਹੀਂ ਖਾਬ ਵੀ ਇੰਨੀ ਲੰਮੀ ਸੀ ਤਾਂ ਹੀ ਤੂੰ ਤੇਰੀ ਮਾਂ ਨੂੰ ਮੰਗਣ। ਆ ਕੰਨ ਦੇ ਅੰਦਰ ਕਰ, ਬਾਕੀ ਟ੍ਰੈਫਿਕ ਨੰਗੇ। ਅੱਛਾ ਯਾਰ ਤੇਰੀ ਬੜੀ ਮਿਹਰਬਾਨੀ, ਕਰਤਾ ਮਾਫ। ਅੱਛਾ ਨਾਲੇ ਉਹਨੂੰ ਵੀ ਦੇ ਦੇ ਮੈਨੂੰ ਮਾਫ। ਪਤਾ ਨਹੀਂ ਜੇਬ ਕੱਟ ਬੈਠਾ ਕਿਸੇ ਪਸਰੇ ਦੀ ਮਾਫੀਆਂ ਮੰਗੀ ਜਾਣ ਡਿਆ। ਆ ਗਏ ਬੜੀ ਜ਼ਿਆਦਤੀ ਹੋਈ ਵੀ, ਬੜੀ ਜ਼ਿਆਦਤੀ ਹੋਈ ਯਾਰ। ਕੌਣ ਕੌਣ ਸੀ? ਉਹ ਲੜ ਤੇ ਨਹੀਂ ਪਈ ਕਿਸੇ ਨਾਲ, ਉਹਨੇ ਜ਼ਿਆਦਤੀ ਹੋ ਗਈ। ਕੀ ਤੈਨੂੰ ਦੱਸਾਂ ਮੈਂ ਛੋਟੇ, ਬੈਠੋ ਬਹੁਤ ਦੁਨੀਆ ਵਿੱਚ ਬਹੁਤ ਜ਼ਿਆਦਤੀ ਕਰਦੇ ਨੇ ਮੇਰੇ ਨਾਲ। ਚਾਹੋਂ ਦਾ ਕਹਿ ਕੇ 6-6 ਹੋ ਜਾਂਦੇ ਨੇ ਇੱਥੇ। ਨਹੀਂ ਸਨ ਮੈਂ ਫਿਲਮ ਵੇਖਣ ਜਾਉਂ ਨਾ, ਪਹਿਲੇ 4 ਦਾ ਕਹਿੰਦੇ ਫਿਰ ਕਹਿੰਦੇ 8 ਹੋ ਗਏ, ਪਤਾ ਲੱਗਦਾ ਕੋ ਬੰਦੇ ਦਾ। ਐ ਜਿੱਥੇ ਤੂੰ ਗੱਲ ਕਰ ਰਿਹਾ ਨਾ ਇਹਦਾ ਮਤਲਬ ਤੂੰ ਮੀਸਣੀ ਹੋਈ ਆ। ਹੈ ਤੈਨੂੰ ਸਾਰਾ ਪਤਾ? ਹਾਂ ਪਤਾ ਮੈਨੂੰ ਸਾਰਾ। ਤੂੰ ਬੱਚੀ ਬੁੱਚੀ ਕੋਈ ਨਹੀਂ, ਉਂਝ ਜਰਾ ਇਕੱਠੀ ਹੋਈ ਆ। ਬੈਠੋ। ਤੂੰ ਜਿਹੜਾ ਨਾ ਤੂੰ ਹੀ ਬੜਾ ਤੇਜ਼ ਹੈ ਛੋਟਾ। ਛੋਟਾ ਨਹੀਂ ਉਂਝ ਗਰਮੀ ਨਾਲ ਇਕੱਠਾ ਹੋਇਆ, 4 ਬਾਰਿਸ਼ਾਂ ਲੱਗ ਲੈਂਦਾ ਤੂੰ ਮੇਰੀਆਂ ਖੁੱਲਣੀਆਂ ਵੇਖੀ। ਹਾਏ ਸੱਕੇ ਜਾਵਾਂ, ਸੱਕੇ ਜਾਈ, ਟਾਈਮ ਨਾ ਕਰ ਨਾ ਜਾਈ। ਹੈ ਬੜੀ ਬੋਰ ਹੋਈ ਆ। ਅੱਛਾ ਖੇਡੋ ਖੇਡੋ। ਕਿਹੜਾ ਸੀ ਚਿੜੀ ਛਿੱਕਾ ਖੇਡ ਰਿਹਾ ਇੱਥੇ? ਆਹੋ ਚਿੜੀ ਛਿੱਕਾ ਖੇਡਾਂਗੇ, ਠਹਿਰ ਕੇ ਜ਼ਰਾ ਛਿੱਕੇ ਲੱਭ ਲੈਣ। ਇਹ ਸਾਨੂੰ ਅੰਪਾਇਰ ਸੀਗਾ ਇਜਾਜ਼ਤ ਦੇ ਕੇ ਗਿਆ? ਪਤਾ ਨਹੀਂ ਜੀ, ਮੇਰੀ ਗੱਲ ਸੁਣ। ਕੀ ਬੋਲ? ਅੱਜ ਮੈਂ ਇੰਨੀ ਬੋਰ ਹੋਈ ਆ ਨਾ, ਮੈਂ ਤੈਨੂੰ ਦੱਸ ਨਹੀਂ ਸਕਦੀ ਰਾਜੂ, ਕੁਛ ਨਾ ਪੁੱਛ। ਜੋ ਹੋਇਆ ਉਹ ਹੀ ਦੱਸ ਦੇ ਬੜਾ। ਮਲਕ ਸਾਹਿਬ ਨੇ ਉਹਦੀ ਮਰਨ ਤੇ ਗਈ ਆ ਮੈਂ, ਸਾਰਾ ਮਜ਼ਾ ਨਹੀਂ ਆਇਆ। ਤੇਰੀ ਕੀ ਸਲਾਹ? ਮਈਅਤ ਤੇ ਉੱਥੇ ਸੀੜੀ ਲਾਉਣੀ ਸੀ ਜਾਂ ਮਈਅਤ ਤੇ ਢੋਲ ਵਾਜਦੇ ਨੇ ਉੱਥੇ ਵੈਣ ਪਾਈ ਦਾ ਦਰਵੇਸ਼ਾ? ਤੇ ਵੈਣ ਤੇ ਪਾਏ ਨੇ ਔਰਤਾਂ ਨੇ, ਇਹੋ ਇਹੋ ਜੇ ਵੈਣ ਪਾਏ ਨੇ, ਮੈਂ ਤੈਨੂੰ ਦੱਸ ਨਹੀਂ ਸਕਦੀ। ਕੀ ਮੇਰੇ ਕੰਨ ਪੱਕ ਗਏ ਨੇ ਵੈਣ ਸੁਣ ਕੇ? ਐਸੀ ਔਰਤਾਂ ਨੇ ਵੈਣ ਪਾਏ ਨੇ ਤੂੰ ਸੋਚ ਨਹੀਂ ਸਕਦਾ। ਔਰ ਮੈਂ ਇੰਨੀ ਕੁ ਬੋਰ ਹੋਈ ਆ ਕਿ ਬਸ ਤੈਨੂੰ ਕੀ ਦੱਸਾਂ। ਤੇ ਹੋਰ ਮਈਅਤ ਤੇ ਕੀ ਜੱਫੀਆਂ ਪਾ ਪਾ ਮਿਲਣਾ ਸੀ, ਹੋਰ ਹੀ ਬੰਦਾ ਹੁੰਦਾ ਉੱਥੇ। ਉਹ ਪਿਛਲੀ ਵਾਰੀ ਸ਼ੇਖ ਸਾਹਿਬ ਦੇ ਮਰਨ ਤੇ ਗਏ ਸਾਂ, ਓਏ ਕਥਨੀ ਕੀ ਮਜ਼ੇ ਆਏ ਸਾਂ। ਹਾਂ ਕੀ ਮਜ਼ੇ ਆਏ ਸੀ, ਕੀ ਮਜ਼ੇ ਆਏ ਸਾਂ। ਹਾਂ ਮੈਨੂੰ ਵੀ। ਤੂੰ ਆਈ ਨਹੀਂ? ਇਹ ਉਹ ਤੇ ਨਹੀਂ ਆਉਣੀ ਭੱਜ ਕੇ ਘਰੋਂ ਫੜ ਲਿਆ। ਮੈਂ ਉਹ ਨਹੀਂ ਆਈ ਜਦੋਂ ਇਹ ਦੇ ਆਇਆ। ਅੱਛਾ ਇਹ ਕੀ ਕਹਿ ਰਿਹਾ? ਇਹ ਬੰਦਾ ਬੜਾ ਕਾਬਲ ਆ, 6 ਮਹੀਨੇ ਕਾਬਲ ਰਿਹਾ, ਹੁਣ ਤੇ ਕਿਸੇ ਕਾਬਲ ਨਹੀਂ ਰਿਹਾ। ਕੀ ਮਤਲਬ? ਹਾਂਜੀ ਤੂੰ ਵੱਧ ਵੱਧ ਕੇ ਗੱਲਾਂ ਨਾ ਕਰਿਆ ਕਰ। ਕਿਉਂ? ਹਾਂ ਕਿਉਂ? ਵੇਖੀ ਤੂੰ ਸੋਹਣੀ ਸੋਹਣੀ ਕੋਈ ਨਹੀਂ, ਐਵੇਂ ਮੈਂ ਤੈਨੂੰ ਦੱਸਤਾ ਹੀ। ਆ ਜਿਹੜਾ 800-900 ਰੁਪਇਆ ਮੂੰਹ ਤੇ ਲਾਇਆ ਸਾਬਣ ਨਾਲ ਧੋ ਗਿਆ, ਮੇਰੇ ਗੋਡੇ ਵਰਗਾ ਨਿਕਲਣਾ। ਹਾਂ ਐਸੀ ਵੀ ਕੋਈ ਗੱਲ ਨਹੀਂ, ਮੂੰਹ ਇੱਕ ਵਾਰੀ ਧੋ ਗਿਆ, ਇਹਨਾਂ ਦੀਆਂ ਦੌੜਾਂ ਲੱਗਦੀਆਂ ਵੇਖੀ। ਇਹ ਪਾਕਿਸਤਾਨੀ ਆਵਾਮ ਆ, ਗੋਲਡ ਲੀਫ ਦੀ ਡੱਬੀ 'ਚ ਕੇਟੂ ਦੇ ਸਿਗਰ ਨਹੀਂ ਪੈਣ ਦਿੰਦੇ। ਮੇਰੇ ਨਾਲ ਨਾ ਜ਼ਰਾ ਆਰਾਮ ਨਾਲ ਗੱਲ ਕਰਨੀ, ਮਿੰਨੀ ਪੈਕ ਕੀ ਮੇਰੇ ਨਾਲ ਆਰਾਮ ਨਾਲ ਗੱਲ ਕਰਨੀ ਹੈ। ਚਲੋ ਠੀਕ ਆ, ਆਰਾਮ ਨਾਲ ਹੀ ਸਹੀ, ਜਿਹੜਾ ਕੰਮ ਆਰਾਮ ਨਾਲ ਹੋ ਜਾ ਰੌਲਾ ਜ਼ਰੂਰ ਪਾਉਣਾ। ਇਹੋ ਜਿਹੀਆਂ ਪਿੰਡ, ਇਹੋ ਜਿਹੀਆਂ ਪਿੰਡ 'ਚ ਸਤਾਨੀਆਂ ਹੁੰਦੀਆਂ, ਸਿਰਫ ਬੱਚਿਆਂ ਦੀਆਂ ਜ਼ਿੱਪਾਂ ਠੀਕ ਕਰਦੀਆਂ। ਉਹ ਛੋਟੇ ਛੋਟੇ ਬੱਚੇ ਹੁੰਦੇ ਨਾ ਵਿਚਾਰੇ, ਸਾਲ ਸਾਲ ਦੇ ਮਾਸੂਮ। ਹਾਂ ਮਾਸੂਮ, ਐਡੇ ਵੀ ਮਾਸੂਮ ਨਹੀਂ ਹੁੰਦੇ, ਉਹ ਘਰੋਂ ਤਿਆਰ ਹੋ ਕੇ ਆਉਂਦੇ। ਇਹਦਾ ਮਤਲਬ ਕਰਨੀ ਠੀਕ, ਹੌਲੀ ਹੌਲੀ ਆਏ ਕਿ ਉਸੇ ਪਾਸੇ। ਤੇਰੀ ਕਿੰਨੀ ਵਾਰੀ ਮੈਂ ਠੀਕ ਕੀਤੀ? ਨਹੀਂ ਮੈਂ 8ਵੀਂ 'ਚ ਹੋ ਗਿਆ, ਤੁਸੀਂ 3ਵੀਂ ਤੱਕ ਹੀ ਕਰਦੀਆਂ ਜੇ। ਸੇਬੀ ਸੇਬੀ ਕਿੱਥੇ ਰਹਿ ਗਈ ਹੈ? ਤੁਮ ਯਾ ਨੌਕਰ ਕੇ ਸਾਥ ਕਿਆ ਕਰ ਰਹੀ ਹੋ? ਨੌਕਰ ਇਹ ਜੋ ਨਾ ਇਹ ਬਹੁਤ ਬਦਤਮੀਜ਼ਾ ਟਾਈਮ ਪਾਸ ਕਰ ਰਹੀ ਹੋ। ਨੌਕਰਾਂ ਨੇ ਕੰਮ ਆਉਣਾ, ਮਾਲਕ ਤਾਂ 2-2 ਸਾਲ ਨਹੀਂ ਘਰ ਵੜਦਾ। ਓ ਮਾਈ ਗੋਡ, ਕਿੰਕੋ ਮੂੰਹ ਲਗਾਤੀ ਹੋ ਤੂੰ? ਇਹ ਡਿਜ਼ਾਈਨ ਹੈ ਜਾਂ ਕਿਸੇ ਨੇ ਦੰਦੀ ਵੱਢੀ ਹੈ ਇੱਥੇ? ਉਹ ਰਾਸਤੇ ਮੇਰੀ ਗੱਲ ਤੇ ਵੱਡਾ, ਮੇਰੀ ਭੈਣ ਨਾਲ ਬਹੁਤ ਦੀ ਗੱਲ ਕੀਤੀ ਤੇ ਆਈ ਗੱਲ ਸਮਝ, ਛੋਟੀ ਹੋ ਐਨੀ ਕੁ ਮੇਰੀ ਭੈਣ ਹੈ। ਬੀਬੀ ਤੂੰ ਨਾ ਸਮਝਾ ਮਮਤਾ ਖੁਸ਼ ਕਰਨੀ, ਤੂੰ ਨਾ ਮੇਰੇ ਤੂੰ ਸਾਇਆ ਹੋ ਜਾਏਗਾ, ਮੈਂ ਤੈਨੂੰ ਦੱਸ ਦਵਾਂ। ਸੂਟ ਬੜਾ ਸੋਹਣਾ ਪਾਇਆ ਹੈ, ਕਿਹਨੇ ਨੇ ਲਿਆ? ਪਤਾ ਨਹੀਂ। ਹਾਂ ਜੀ ਪਤਾ ਤੇ ਉਸ ਗਰੀਬ ਨੂੰ ਜਿਹਦਾ ਟਾਂਗਾ ਵਿਕਿਆ ਹੋਣਾ। ਉਹ ਟਾਂਗੇ ਵਾਲਾ ਸੀ? ਹੋਰ ਘੋੜੇ ਸਣੇ ਵੇਚਦਾ ਉਹਨੇ। ਮਹਿੰਗਾ ਨਾ ਮਹਿੰਗਾ ਸੂਟ ਹੈ। ਮਹਿੰਗਾ ਸੂਟ? ਤੂੰ ਬਹੁਤ ਗੱਲਾਂ ਕਰ ਰਿਹਾ ਰਾਜੂ, ਤੂੰ ਯਹਾਂ ਪੇ ਕੀ ਕਰ ਰਹੇ ਹੋ? ਕੱਲਾ ਬੰਦਾ ਕੀ ਕਰ ਸਕਦਾ ਇੱਥੇ? ਕੁਝ ਵੀ ਨਹੀਂ ਕਰ ਸਕਦਾ ਵਾਕਈ। ਆ ਜਾ ਆ ਜਾ, ਜਿਹੜੇ ਮੈਂ ਇੱਥੇ ਅੰਬ ਚੂ ਪੈਣੇ ਆ ਤੂੰ ਆ ਜਾ। ਯਾਰ ਮੈਂ ਫਿਰ ਸੌਂ ਗਿਆ ਸਾਂ। ਸੌਂ ਹੀ ਜਾਣਾ ਸੀ। ਫਿਰ ਮਾਫੀ ਦੇ ਦੇ ਮੈਨੂੰ, ਤੇਰੀ ਬੜੀ ਮਿਹਰਬਾਨੀ। ਤੇਰੀ ਖਾਬ 'ਚ ਮੈਂ ਹੀ ਆਉਂਦਾ ਰਹਿੰਦਾ? ਓ ਨਹੀਂ ਨਹੀਂ, ਐਲਗੀ ਤੇਰਾ ਅੱਬਾ ਆਇਆ ਸੀ। ਹੈਲੋ, ਤੁਮਨੇ ਆਤੇ ਬਕਵਾਸ ਸ਼ੁਰੂ ਕਰ ਦੀ ਨਾ। ਜੀ ਜੀ, ਹੁਕਮ ਕਰੋ। ਮੇਰੀ ਬਾਤ ਸੁਣੋ ਕੰਜੇ ਜੀ, ਅੰਦਰ ਜਾਓ। ਅੱਛਾ, ਕਿਚਨ ਮੇ ਆ ਰਹੇ? ਹੈ ਜੀ, ਆ ਰਹੇ ਹੋ? ਮੈਂ ਤੈਨੂੰ ਕਹਿ ਰਹੀ ਆ ਕਿ ਅੰਦਰ ਜਾ ਕਿਚਨ 'ਚ, ਤੇ ਮੇਰੇ ਵਾਸਤੇ ਖਾਣਾ ਗਰਮ ਕਰਕੇ ਲੈ ਕੇ ਆ। ਲੈ ਬਈ, ਹੁਣ ਇਹ ਪੁੱਠੇ ਕੰਮ ਸ਼ੁਰੂ ਹੋ ਗਏ। ਰਾਜੂ ਤੂੰ ਜਾ ਬਾਜ਼ਾਰ ਸੇ ਮੇਰੇ ਲਈ ਟੈਬਲੇਟ ਲੈ ਕੇ ਆ। ਕੰਮ ਹੀ ਪੁੱਠੇ ਲਾਤੇ, ਖਾਣਾ ਮੈਂ ਲਿਆਉਣਾ, ਟੈਬਲੇਟ ਉਹ ਲਿਆਏਗਾ ਬਾਜ਼ਾਰੋਂ। ਮੇਰੇ ਮਤਲਬ ਕਿ ਤੁਸੀਂ
ਸਹੀ ਕੰਮ ਤੋਂ ਮੈਨੂੰ ਕੰਮ ਦੱਸੋ ਇਹ ਸਭ ਕੀ ਉਲਟ ਪਲਟ ਹੋ ਰਿਹਾ ਹੈ ਨਹੀਂ ਇਹੋ ਜਿਹੇ ਉਲਟ ਪਲਟ ਨਾਲ ਦੇਖ ਸਹੀ ਬਾਤ ਜੋ ਮੈਂ ਕਹਿ ਦਿੱਤਾ ਨਾ ਪੱਥਰ ਪਹਿਲੇ ਕੀਰ ਹੋ ਗਈ ਹੈ ਅੱਛਾ ਹਾਂ ਜਾਓ ਜਾ ਕੇ ਲੈ ਕੇ ਆਓ ਖਾਣੇ ਦਾ ਉਸਕੋ ਸਮਝਾ ਦੋ ਚਲੋ ਆਇਆ ਇਹ ਤੇ ਸੈੱਟ ਨਹੀਂ ਹੁੰਦੀ ਇਹਨਾਂ ਨੂੰ ਪਤਾ ਨਹੀਂ ਲੱਗਣ ਡਿਆ ਕਿ ਕੌਣ ਕਿਹਦੇ ਨਾਲ ਇਹ ਨਾਮ ਹੀ ਮੰਨੀਆਂ ਮੈਂ ਚੁੱਕ ਕੇ ਲੈ ਜਾਣੀ ਆ ਅੱਛਾ ਮੇਰੀ ਗੱਲ ਸੁਣ ਦੇਵੀ ਮੈਂ ਤੇ ਕਹਿੰਦੀ ਹਾਂ ਨਾ ਇੱਕ ਮੌਕਾ ਦੇ ਜਾਣਾ ਚਾਹੀਦਾ ਇਹਨੀ ਮੁਲਾਜ਼ਮ ਪੇਸ਼ਾ ਲੋਕ ਕੀ ਕਰਨਗੇ ਓਹੋ ਇੱਕ ਮੌਕਾ ਦੇਣੇ ਸੇ ਕੀ ਹੋਗਾ ਠੀਕ ਹੈ ਤੁਮ ਆਓ ਇੱਕ ਮੌਕਾ ਤੇ ਦਿਓ ਨਾ ਇੱਕ ਚ ਕੀ ਹੁੰਦਾ ਹਾਂ ਤੈਨੂੰ ਤਾਂ ਪਤਾ ਹੀ ਆ ਤੂੰ ਵੀ ਧੀਆਂ ਭੈਣਾਂ ਵਾਲਾ ਹੁਣ ਮੈਨੂੰ ਮਾਫ ਕਰ ਦੇ ਅੱਛਾ ਬਹੁਤ ਹੀ ਬਕਵਾਸ ਨਹੀਂ ਕਰਨੀ ਇਹਨੇ ਇੰਜ ਜ਼ੋਰ ਜ਼ੋਰ ਲਾ ਕੇ ਆਪਣੀ ਤੌਣ ਉਹ ਚਾਚੇ ਦੀ ਝੋਲੀ 'ਚ ਸੁੱਟ ਲੈਣੀ ਹੈ ਮੇਰੀ ਗੱਲ ਸੁਣ ਮਿੰਨੀ ਪੈਕ ਤੂੰ ਬਹੁਤੀ ਗੱਲ ਨਹੀਂ ਕਰਨੀ ਅਸੀਂ ਤੈਨੂੰ ਦੱਸਾਂਗੇ ਸੋਚ ਕੇ ਠੀਕ ਹੈ ਤੂੰ ਮੈਂ ਅੰਦਰ ਲੈ ਕੇ ਜਾਓ ਆਹ ਤੂੰ ਮੇਰੇ ਲਈ ਚਾਹ ਗਰਮ ਕਰਕੇ ਲਾਓ ਚਾਹ ਤਾਂ ਮੈਂ ਬਹੁਤ ਅੱਛੀ ਗਰਮ ਕਰਨਾ ਰਾਤੀ ਚਾਹ ਮੇਰੇ ਨਾਲ ਲੜ ਪਈ ਅੱਛਾ ਕਹਿੰਦੀ ਮੈਨੂੰ ਗਰਮ ਕਰਕੇ ਆ ਬਾਹਰ ਨਿਕਲ ਜਾਣਾ ਤੂੰ ਤੱਤੀ ਤੱਤੀ ਪੀਣ ਨਾਲ ਨਾ ਬੁੱਲ ਸੜ ਜਾਂਦੇ ਐ ਨਹੀਂ ਤੂੰ ਜਿਹੜਾ ਬਾਅਦ ਚ ਕਵਰ ਕਰਨਾ ਨਾ ਹਾਂਜੀ ਚਲੋ ਮੈਂ ਜਾ ਰਹਾ ਹਾਂ ਬਾ ਠੀਕ ਹੈ ਠੀਕ ਹੈ ਇਹ ਕੌਣ ਹੈ ਮੈਂ ਹੀ ਇਨਵੈਸਟੀਗੇਸ਼ਨ ਕਰ ਰਿਹਾ ਮੈਨੂੰ ਆਪ ਨਹੀਂ ਪਤਾ ਕੌਣ ਇਹ ਇਹਦਾ ਟੈਸਟ ਲਵੋ ਬਸ ਬਲਕਿ ਪਹਿਲੇ ਦਾ ਬਲੱਡ ਟੈਸਟ ਲਵੋ ਅੱਛਾ ਹਾਂ ਜੇ ਸਹੀ ਨਿਕਲੇ ਤੇ ਰੱਖ ਲਓ ਚੈੱਕ ਕਰ ਲਈਏ ਖੂਨ ਖਰਾਬ ਤੇ ਨਹੀਂ ਹਾਂ ਤੇ ਇਹ ਆਏ ਕਿਵੇਂ ਪਤਾ ਨਹੀਂ ਮੇਰਾ ਫਰੈਂਡ ਮੇਰੇ ਸਾਥ ਹੈ ਤੁਹਾਡਾ ਫਰੈਂਡ ਵੀ ਹੈ ਜੀ ਅਸੀਂ ਤਾਂ ਪਤਾ ਦੱਸ ਥੋੜੇ ਜੇ ਪੈਸੇ ਚਾਹੀਦੇ ਨੇ ਫੀਸ ਜਮਾ ਕਰਾਣੀ ਸੀ ਇਹ ਮੇਰੀ ਦੋਸਤ ਆ ਕੋਈ ਐਸੀ ਗੱਲ ਤੁਹਾਨੂੰ ਕਿਹਾ ਡਰਾਮੇ ਵਾਲੀਆਂ ਕੁੜੀਆਂ ਭੇਜੋ ਤੁਸੀਂ ਹੌਜ਼ਰੀ ਚੋਂ ਲਈ ਆਉਣ ਡਏ ਹੋ ਸਾਜੀ ਜੀ ਐ ਡਿਫੈਂਸ ਦੇ ਗਰੀਬ ਜੀ ਕੋਈ ਐਸੀ ਗੱਲ ਤੇ ਇਹ ਮਾਲਕ ਹੈ ਇਹ ਮਾਲਕ ਅੱਛਾ ਮੈਂ ਸਮਝਾ ਮਦਾਰੀ ਦਾ ਨਿਓਲਾ ਹੈ ਹਾਂ ਤੂੰ ਮਾਲਕ ਭਾਈ ਮੈਂ ਜੀ ਅੱਛਾ ਮੈਂ ਤੁਹਾਡੀ ਮਦਦ ਕਰਾਂਗਾ ਤੇ ਆਪਣਾ ਤੇ ਮੂੰਹ ਸਹੀ ਕਰਾਲਾ ਮਦਦ ਕਰੇਗਾ ਗੱਲ ਸੁਣੋ ਜੀ ਸਰ ਜੇ ਮੈਂ ਤੁਹਾਡੀ ਮਦਦ ਕਰਾਂ ਜੀ ਹਾਂ ਤੇ ਤੁਸੀਂ ਮੇਰੀ ਕੀ ਮਦਦ ਕਰੋਗੇ ਦੇਖੋ ਨਾ ਜੀ ਨੂੰ ਜੀ ਹੈ ਉਸ ਤੋਂ ਬਾਅਦ ਫਿਰ ਜੀ ਨੂੰ ਜੀ ਨੂੰ ਜੀ ਨੂੰ ਇਹਨੂੰ ਰੱਖ ਲਓ ਮੈਨੂੰ ਫੀਸ ਦੇ ਦਿਓ ਜੀਐਮਸੀ ਕਾਲਜ ਦੀ ਪੂਰੀ ਗੱਲ ਸੁਣ ਲਓ ਮੂੰਹ ਤੇਰਾ ਟਾਟਾ ਵਾਲੇ ਸਕੂਲ ਵਰਗਾ ਜਾਣ ਦੇ ਮੈਨੂੰ ਕਰਵਾ ਦੇ ਪੜ੍ਹਦੀ ਹੂੰ ਹੁਣ ਇੱਥੇ ਲੱਗਣਾ ਗੁਜਰਾ ਵੇ ਤੇ ਪਤਾ ਲੱਗ ਜਾਣਾ ਕਿਹੜਾ ਕਾਲਜ ਖੈਰ ਭੇਜ ਕੇ ਰੋਟੀ ਖਾਣ ਮੇਰੇ ਬਰਾਬਰ ਦੀ ਵਿਖਾਓ ਤੁਹਾਡੇ ਬਰਾਬਰ ਦੀ ਮਾਸ਼ਾਅੱਲਾ ਪੜ੍ਹੇ ਲਿਖੇ ਪਹਿਲਾ ਸਟੂਡੈਂਟ ਉਸਨੇ ਚਲਾਨ ਫਿਰ ਵੀ ਕਰ ਦਿੱਤਾ ਦੱਸਣਾ ਕੀ ਲਿਖਿਆ ਇੰਗਲਿਸ਼ ਇਹ ਲਿਖਿਆ ਹੈ ਕੀ ਲਿਖਿਆ ਜੀ ਤਿੰਨ ਮਹੀਨੇ ਹੋਰ ਪਾਲਾਂ ਤੇ 8,000 ਦੀ ਇੱਥੇ ਵਿਕ ਰਹੀ ਆ ਬਹੁਤ ਅੱਛੇ ਨਾਲ ਪਾਵੇ ਲੈਦਾ ਮੈਂ ਕਹਿੰਦਾ ਬੜੀ ਹੋਜਰੀ ਤੇਰੀ ਚੱਲ ਜਾ ਐਸ਼ ਕਰ ਮੈਂ ਨਾ ਕੁੜੀ ਨਾਲ ਲੈ ਆਇਆ ਤੇ ਕੁਰਬਾਨੀ ਵੀ ਦੇ ਰਿਹਾ ਬੜੀ ਗੱਲ ਕੋਈ ਸਾਡਾ ਇੰਤਜ਼ਾਮ ਕਰ ਦਿਓ ਬੇਫਿਕਰ ਹੋ ਜਾ ਆਪਣੀ ਠੀਕ
मैं हालांकि बुढ़ा ना इसके बावजूद महल दिन कुड़िया प्यार मैं कर दिया भी नहीं कर दिया तेरी शक्ल कहे शायद रलती है अपनी भैन का ध्यान रख बाबे आ जाए अंदर कोई ना आवे मैनू 10 मिनट लग जाए बाहर भी कोई ना आवे इत्थे 20 मिनट लग जाणगे मैं कहे जी जी मैं कहे करना की है तुसी भी उधर जाओ जे जेड़े तुहाडे नाल मेहमान आए ने आओ मैं तुहानू कमरा वहांदा इधर आओ इधर आओ